ਮੇਰੇ ਸਤਿਗੁਰੂ ਸਤਿਗੁਰ ਦੀ ਹਜ਼ੂਰੀ ਦੇ ਵਿੱਚ ਬੇਅੰਤ ਗਿਣਤੀ ਵਿੱਚ ਆਈਆਂ ਸੰਗਤਾਂ, ਸਭ ਤੋਂ ਪਹਿਲਾਂ ਉਹਨਾਂ ਦਾ ਜੀ ਆਇਆਂ ਕਹਿੰਦਾ ਅਤੇ ਉਸ ਤੋਂ ਬਾਅਦ ਮੈਂ ਸਾਰਾ ਬੇਨਤੀ ਕਰਦਾ ਅਤੇ ਫਤਿਹ ਦਾ ਜਵਾਬ ਗੱਜ ਵੱਜ ਕੇ ਫਤਿਹ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਕੀ ਫਤਿਹ। ਅੱਜ ਇੱਕ ਬਹੁਤ ਸ਼ਾਨਦਾਰ ਚੰਗੀ ਸ਼ੁਰੂਆਤ, ਇਤਿਹਾਸਿਕ ਸ਼ੁਰੂਆਤ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ, ਜਿਹਦੇ ਸਰਪ੍ਰਸਤੀ ਅਕਾਲ ਤਖਤ ਸਾਹਿਬ ਕਰ ਰਿਹਾ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੇ ਇਹ ਉਪਰਾਲਾ ਕੀਤਾ। ਬੜੇ ਸਾਲ ਹੋ ਗਏ ਇਸ ਗਿਆਨ ਮੋਢਰੀ ਗੁਰਦੁਆਰਾ ਸਾਹਿਬ ਨੂੰ ਉੱਥੋਂ ਰਿਮੂਵ ਹੋਏ ਨੇ, ਲੇਕਿਨ ਕਹਿੰਦੇ ਜਦੋਂ ਸਮਾਂ ਆਏ ਉਹੀ ਸਵੇਰਾ, ਜਦੋਂ ਜਾਗਿਆ ਉਹੀ ਸਵੇਰਾ। ਕਈਆਂ ਨੇ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਹੋਣਗੀਆਂ ਪਰ ਨਿਸਫਲ ਰਹੀਆਂ। ਜਥੇਬੰਦੀ ਬਗੈਰ ਕਦੀ ਜਥੇ ਕਾਮਯਾਬ ਨਹੀਂ ਹੁੰਦੇ, ਜਥੇਬੰਦੀ ਬਗੈਰ ਕਦੀ ਮੂਵਮੈਂਟਾਂ ਲੜੀਆਂ ਨਹੀਂ ਜਾਂਦੀਆਂ, ਜਥੇਬੰਦੀ ਦੇ ਜਥੇਬੰਦਕ ਹੋਰ ਢਾਂਚੇ ਤੋਂ ਬਗੈਰ ਕਦੀ ਕੋਈ ਕਾਮਯਾਬੀ, ਕੋਈ ਸਫਲਤਾ, ਕੋਈ ਪ੍ਰਾਪਤ ਕਦੀ ਕਿਸੇ ਨੂੰ ਹੋਇਆ ਹੀ ਨਹੀਂ। ਇਸ ਕਰਕੇ ਇਹ ਮੁੱਢ ਵਧਾ, ਜਿਵੇਂ ਹੁਣ ਡਾਕਟਰ ਜਸਪਾਲ ਸਿੰਘ ਨੇ ਬੜੇ ਘੱਟ ਲਫਜ਼ਾਂ 'ਚ ਬਹੁਤਾ ਵਧੀਆ ਕਿਹਾ ਕਿ ਇਹ ਗੁਰਦੁਆਰੇ ਦਾ ਲੰਬਾ ਚੌੜਾ ਇਤਿਹਾਸ ਨਹੀਂ, ਗਿਆਨ ਗੋਦਰੀ, ਗਿਆਨ ਗੋਦਰੀ, ਸੰਵਾਦ ਦੀ ਗਠੜੀ, ਡਾਇਲੋਗ ਦੀ ਗਠੜੀ। ਇਹ ਖਾਲੀ ਹਰਿਦੁਆਰ 'ਚ ਹੀ ਨਹੀਂ ਗਈ, ਇਹ ਜਗਨਨਾਥਪੁਰੀ ਵੀ ਗਈ, ਇਹ ਦੁਆਰਕਾ ਵੀ ਗਈ, ਇਹ ਗਿਆ ਵੀ ਗਈ, ਅਤੇ ਜਿੱਥੇ ਜਿੱਥੇ ਵੀ ਗਈ ਆ ਉੱਥੇ ਉੱਥੇ ਤੀਰਥ ਸਥਾਨ ਬਣੇ। ਅੱਜ ਉੱਥੇ ਜਗਨਨਾਥਪੁਰੀ ਵੀ ਆਰਤੀਆਂ ਹੁੰਦੀਆਂ, ਕਮੇਟੀ ਵੀ ਜਾਂਦੀ ਆ, ਬਾਕੀ ਸੰਗਤਾਂ ਵੀ ਜਾਂਦੀਆਂ। ਜਿੱਥੇ ਜਿੱਥੇ ਗਿਆਨ ਦੀ ਕੋਠੜੀ ਖੁੱਲ੍ਹੀ ਉੱਥੇ ਉੱਥੇ ਅੱਜ ਵੀ ਚਿਰਾਗ ਜਗਦੇ ਪਏ, ਰੋਸ਼ਨੀ ਦਿੰਦੇ ਪਏ ਸਾਰੇ ਸੰਸਾਰ ਨੂੰ। ਇਹ ਕੁਝ ਲੋਕਾਂ ਨੇ ਉਸ ਵਕਤ ਇਸ ਗੱਲ ਨੂੰ 1979-76 ਵਿੱਚ ਕੋਈ ਉੱਥੋਂ ਮੂਵ ਕਰਤਾ, ਲੇਕਿਨ ਉਹ ਪਾਸਾ ਅਧੂਰਾ ਹੋ ਗਿਆ, ਉਹ ਜਗ੍ਹਾ ਅਧੂਰੀ ਹੋਈ, ਗਿਆਨ ਤੋਂ ਵਿਹੂਣੀ ਹੋਵੇ। ਇਸ ਗਿਆਨ ਨੂੰ ਗੁਰਦੁਆਰਾ ਬਣਾਉਣਾ ਨਹੀਂ, ਉਹ ਗਿਆਨ ਉੱਥੇ ਅੱਜ ਵੀ ਕਾਇਮ ਆ, ਉਹ ਇਤਿਹਾਸ ਅੱਜ ਵੀ ਕਾਇਮ ਆ, ਉਹ ਲਫਜ ਅੱਜ ਵੀ ਕਾਇਮ ਆ, ਉਹ ਅੱਜ ਵੀ ਸੰਵਾਦ ਚੱਲਦਾ ਪਿਆ। ਗੁਰੂ ਨਾਨਕ ਸਾਹਿਬ ਨੇ ਕਿਤੇ ਤਲਵਾਰ ਨਹੀਂ ਚਲਾਈ, ਸੰਵਾਦ ਹੀ ਚਲਾਇਆ, ਡਾਇਲੋਗ ਲਫਜ ਹੀ ਬੋਲਿਆ, ਲੋਕਾਂ ਨੂੰ ਪਿਆਰ ਨਾਲ ਤਰੀਕੇ ਨਾਲ ਸਮਝਾਇਆ ਬਈ ਭਾਈ ਜਿਵੇਂ ਆਪਾਂ ਰੋਡ ਪੜ੍ਹਦੇ ਹਾਂ, ਸਤਿਗੁਰੂ ਨਾਨਕ ਪ੍ਰਗੜਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਇਹ ਹੀ ਚਾਨਣ ਕੀਤਾ ਸੀ ਉਹਨੇ। ਇਹ ਗਿਆਨ ਦੀ ਗਠੜੀ ਖੋਲ੍ਹ ਕੇ ਉਹਨੇ ਦੱਸਿਆ ਵੀ ਤੁਸੀਂ ਪਰਾਏ ਪਏ ਹੋ, ਉਹਨਾਂ ਨੂੰ ਵੀ ਦੱਸਿਆ ਤੁਸੀਂ ਆਹ ਸਿੱਧਾ ਰਸਤਾ ਹੀ ਫੜੋ, ਸਭ ਨੂੰ ਇਹ ਮਾਰਗਦਰਸ਼ਨ ਦਿੱਤਾ। ਅਤੇ ਗੁਰੂ ਨਾਨਕ ਸਾਹਿਬ ਆ ਜਿਹੜੇ ਸੰਤ ਬੈਠੇ ਆ, ਇਹਨਾਂ ਹੀ ਸੰਤਾਂ ਦੇ ਕੋਲ ਗਏ, ਉਹਨਾਂ ਨੂੰ ਸੁਮੇਰ ਪਰਬਤ 'ਤੇ ਵੀ ਗਏ, ਇਹਨਾਂ ਕੋਲ ਉਹ ਇਹਨਾਂ ਦੇ ਕੋਲ ਗਿਆ ਜੀ ਵੀ ਗਏ, ਜਗਨਨਾਥਪੁਰੀ ਵੀ ਗਏ, ਦੁਆਰਕਾ ਵੀ ਹੈ, ਔਰ ਇੱਥੇ ਹਰਿਦੁਆਰ ਸਾਹਿਬ ਵੀ ਗਏ। ਇਸ ਕਰਕੇ ਕੋਈ ਨਵੀਂ ਗੱਲ ਨਹੀਂ ਕਿ ਅਸੀਂ ਜਿਹੜੀ ਇੱਕ ਚੀਜ਼ ਰੱਖੀ ਆ, ਮੈਨੂੰ ਇਮਾਮ ਸਾਹਿਬ ਦੀ ਗੱਲ ਇੱਕ ਬੜੀ ਵਧੀਆ ਲੱਗੀ ਜਿਹੜੀ ਉਹਨਾਂ ਨੇ ਸਿੱਖ ਨੂੰ ਵੰਗਾਰ ਦਿੱਤੀ ਆ, ਅਤੇ ਗੁਰਦੁਆਰੇ ਜਿੰਨੇ ਮਰਜ਼ੀ ਬਣਾ ਲਈਏ ਸੋਨਾ, ਦੇਖੋ ਹਰ ਸੋਨਾ ਲਾ ਕੇ ਮੱਧ ਤੱਕ ਕਮੇਟੀ ਹੈ, ਸਰਦਾਰ ਮਨਜੀਤ ਸਿੰਘ ਜੀ ਕੇ ਨੇ, ਸਰਦਾਰ ਸਰਸਾ ਸਾਹਿਬ ਨੇ, ਕਮੇਟੀ ਸਾਰੀਆਂ ਦਾ ਸਾਥ ਦੇ ਰਹੀ ਆ, ਲੇਕਿਨ ਬਹੁਤ ਵਧੀਆ ਕੰਮ ਕੀਤਾ। ਪਰ ਜੇ ਇਹਦੇ ਵਿੱਚ ਸਿੱਖੀ ਨਾ ਰਹੀ ਤਾਂ ਫਿਰ ਇਹ ਸੋਨਾ ਕੀ ਕਰਨਾ, ਇਹ ਲਫਜ਼ ਮੇਰੇ ਨਹੀਂ, ਮਨਜੀਤ ਸਿੰਘ ਦੇ ਲਫਜ਼ ਆ। ਇਹਨੇ ਕਿਹਾ ਸੀ ਸੋਨਾ ਲਾਉਣਾ ਨਹੀਂ ਸਾਨੂੰ ਜਾਇਜ਼, ਸਾਨੂੰ ਗਿਆਨ ਜਿਹੜਾ ਸਿੱਖੀ ਵਧਾਉਣੀ ਆ, ਸਿੱਖੀ ਦਾ ਪ੍ਰਚਾਰ ਕਰਨਾ, ਪ੍ਰਸਾਰ ਨਹੀਂ ਕੰਮ ਕਰਨਾ। ਲੇਕਿਨ ਜਿਹੜੇ ਸੋਨੇ ਲੱਗ ਰਹੇ ਆ, ਇਹ ਕਮੇਟੀ ਨਹੀਂ, ਇਹ ਸੇਵ ਦੇ ਜਿਹੜੇ ਸੰਗਤਾਂ ਨੇ ਮਜਬੂਰੀ ਵੇਲੇ ਕੋਲ ਲਾਉਂਦੀਆਂ, ਉਹ ਗੁਰੂ ਦੇ ਘਰ ਨੂੰ ਸ਼ਿੰਗਾਰ ਵਿੱਚ ਆਪ ਹੀ ਉਪਰਾਲਾ ਕਰਦੀਆਂ, ਤਾਂ ਲੱਗਦਾ ਪਿਆ। ਪਰ ਜੇ ਸਿੱਖੀ ਨਾ ਰਹੀ, ਜੇ ਕੇਸ ਹੀ ਨਾ ਰਹੇ, ਜੇ ਪੱਗ ਹੀ ਨਾ ਰਹੀ, ਤਾਂ ਫਿਰ ਗੁਰਦੁਆਰੇ ਕੀ ਕਰਨ। ਇਸ ਕਰਕੇ ਬੜੀ ਵੱਡੀ ਇਹ, ਇਸ ਕਰਕੇ ਮਾਂ ਜੀ ਗੱਲ ਕੇ ਮੈਂ ਵੀ ਪ੍ਰੋੜਤਾ ਕਰਦਾ ਕਿ ਇਸ ਸਿੱਖੀ ਨੂੰ ਜਿੱਥੇ ਆਪਾਂ ਐਡਾ ਵੱਡਾ ਇਕੱਠ ਕਰਕੇ ਦਰਸਾ ਰਹੇ ਹਾਂ, ਇਹਨੂੰ ਢਾਹਾਂ ਲਾਉਣ ਵਾਲੇ ਵੀ ਇੰਨੇ ਖੜੇ ਨੇ। ਰੋਜ਼ TV 'ਤੇ ਤੁਸੀਂ ਦੇਖਦੇ ਹੋ ਕਿਤੇ ਗੁਰੂ ਨਾਨਕ ਸਾਹਿਬ ਦਾ ਕੋਈ ਡਰਾਮਾ ਕੀਤਾ ਹੁੰਦਾ, ਕਿਤੇ ਕਿਸੇ ਤਰ੍ਹਾਂ ਦਿਖਾਇਆ ਹੁੰਦਾ, ਕਿਤੇ ਕੁਝ ਡਾਇਲੋਗ ਪਾਏ ਹੁੰਦੇ ਆ, ਤਰ੍ਹਾਂ ਤਰ੍ਹਾਂ ਦੀ ਬਦਬੀ ਦੇ ਲਫਜ਼ ਜਿਹੜੇ ਪਾਉਂਦੇ ਨੇ ਲੋਕ, ਉਹਨਾਂ ਨੂੰ ਮੈਂ ਸਮਝਾ ਦੇਣਾ ਚਾਹੁੰਦਾ ਕਿ ਉਹ ਗੁਰੂ ਨਾਨਕ ਬਾਰੇ, ਕਿਸੇ ਗੁਰੂ ਬਾਰੇ ਕੋਈ ਭੈੜੀ ਗੱਲ ਨਾ ਇਹਨਾਂ TV 'ਤੇ ਪਾਇਆ ਕਰੋ, ਨਾ ਮੋਬਾਈਲਾਂ 'ਤੇ ਪਾਇਆ ਕਰੋ, ਨਾ ਮੀਡੀਆ 'ਚ ਪਾਇਆ ਕਰੋ।
ਇਹ ਸਾਰੇ ਸਾਡੇ ਗੁਰੂ ਸਾਡੇ ਅਵਤਾਰ ਪੈਗੰਬਰ ਪੂਜਣ ਯੋਗ ਨੇ, ਲੇਕਿਨ ਇਹ ਜੋ ਕਰਦੇ ਨੇ ਲੋਕ ਇਹ ਸ਼ਰਾਰਤੀ ਲੋਕ ਨੇ, ਇਹਨਾਂ ਨੂੰ ਜਵਾਬ ਨਹੀਂ ਦੇਵਾਂਗੇ ਤੇ ਆਪਾਂ ਬਿਲਕੁਲ ਲਤਾੜੇ ਜਾਵਾਂਗੇ, ਮਾਰੇ ਜਾਵਾਂਗੇ। ਇਹ ਗੱਲ ਹੋ ਰਹੀ ਹੈ ਔਰ ਇਸ ਗੱਲ ਨੂੰ ਅਸੀਂ ਰੋਕਣਾ ਚਾਹੁੰਦੇ ਹਾਂ ਕਿਸੇ ਕੀਮਤ ਤੇ ਵੀ। ਕੋਈ ਬੰਦਾ ਬਹਾਦਰ ਸਾਹਿਬ ਆਪਣੇ ਕਹੀ ਜਾਂਦਾ, ਬੈਠਾ ਡਾਕਟਰ ਜਸਪਾਲ ਸਿੰਘ ਨੂੰ ਪੁੱਛੋ ਬੰਦਾ ਬਹਾਦਰ ਜਦ ਦੱਸੇ ਇੱਥੇ ਕਿ ਬੰਦਾ ਸਿੰਘ ਬਹਾਦਰ ਕਿੱਥੋਂ ਬਣਿਆ। ਬੰਦਾ ਸਿੰਘ ਜੀਦਾ ਹੀ ਉਦੋਂ ਹੋਇਆ ਜਦੋਂ ਕਲਗੀਧਰ ਪਾਤਸ਼ਾਹ ਨੇ ਖੰਡੇ ਵੱਟ ਦੀ ਪੋਹ ਲੰਗਰ ਪਾਤੀ। ਨਹੀਂ ਤਾਂ ਬੰਦਾ ਵਿਰਾਗੀ ਸੀ, ਉਹ ਲਛਮਣ ਦਾਸ ਸੀ, ਜੰਗਲਾਂ 'ਚ ਤੁਰਿਆ ਫਿਰਦਾ ਸੀ, ਕਿਸੇ ਨੇ ਪੁੱਛਿਆ ਨਹੀਂ, ਕਿਸੇ ਨੇ ਉਹਦੀ ਮੜੀ ਨਹੀਂ, ਕਿਸੇ ਨੇ ਪੁੱਛਿਆ ਹੀ ਨਹੀਂ। ਉਦੋਂ ਪੁੱਛ ਹੋਈ ਜਦੋਂ ਕਲਗੀਧਰ ਪਾਤਸ਼ਾਹ ਦੇ ਗਲ ਵਿੱਚ ਆਪਣੀ ਮੋਹਰ ਬੰਨ ਦਿੱਤੀ ਤੇ ਉਹਦੇ ਅੰਦਰ ਅੰਬਰ ਦਾ ਘੁੱਟ ਪਾ ਦਿੱਤਾ ਤੇ ਖੰਡਾ ਹੱਥ ਬਣਾ ਕੇ ਤੇ ਪੰਜ ਸ਼ਸਤਰ ਦੇ ਕੇ ਜਦੋਂ ਤੋੜਿਆ ਅਸਤਰ ਹੁੰਦੇ ਨੂੰ ਤੇ ਫਤਿਹ ਕਰਦਾ ਕਾਮਯਾਬੀਆਂ ਫਤਿਹ ਦਿਵਸ ਬਣਾਇਆ ਆਪਾਂ ਉਹਨੇ ਉੱਥੇ ਝੰਡੇ ਚਲਾਏ ਤੇ ਤਾਂ ਉਹਦੀ ਪੂਜਾ ਹੋਈ, ਬੰਦਾ ਸਿੰਘ ਬਹਾਦਰ ਪੂਜਿਆ ਗਿਆ। ਇਸ ਕਰਕੇ ਅਸੀਂ ਸਾਰੇ ਹੀ ਜਿੱਥੋਂ ਆਏ ਹਾਂ ਆਪਾਂ ਸਭ ਜਾਣਦੇ ਹਾਂ, ਪਰ ਕਿਸੇ ਧਰਮ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਇਹ ਗਰਮ ਹੋਣੀ ਇਹ ਮੂਵਮੈਂਟ ਚਲਾਈ ਹੈ ਕਮੇਟੀ ਨੇ ਤੇ ਕੋਈ ਵਿਰੋਧੀ ਹੋਵੇ ਚਾਹੇ ਸਾਡਾ ਹੋਵੇ ਚਾਹੇ ਵਿਰੋਧੀ ਵੀ ਹੋਵੇ, ਕਈਆਂ ਨੂੰ ਵੀ ਤਕਲੀਫ, ਕਈਆਂ ਨੂੰ ਇਹ ਗੱਲ ਦੀ ਤਕਲੀਫ ਹੁੰਦੀ ਆ ਬਈ ਕਈ ਬੰਦੇ ਤੇ ਬਿਮਾਰ ਆ ਕਿਸੇ ਬਿਮਾਰੀ ਤੋਂ, ਬੁਖਾਰ ਤੋਂ, ਕਿਸੇ ਹੋਰ ਤੋਂ, ਤੇ ਕਈ ਬੰਦੇ ਤੇ ਇਸ ਕਰਕੇ ਬਿਮਾਰ ਨੇ ਵੀ ਇਹ ਸੁਖੀ ਕਿਉਂ ਆ, ਇਹ ਕੰਮ ਚੰਗਾ ਕਿਉਂ ਕਰੋ, ਇਸ ਕਰ ਬੜੇ ਦੁਖੀ ਨੇ। ਉਸ ਕਰਕੇ ਆਪਣੀ ਕਿਹੜੀ ਭੜਾਸ ਕੱਢਦੇ ਆ, ਪਰ ਰੱਬ ਦਾ ਵਾਸਤਾ ਹੋਏ ਟੀਵੀ ਦੇ ਉੱਤੇ ਬੋਲਣ ਵਾਲੇ ਚੈਨਲ ਵਾਲਿਆਂ ਨੂੰ, ਜਿਹੜੇ ਮੋਬਾਈਲਾਂ ਤੇ ਬੋਲਦੇ ਨੇ ਜਾਂ ਮੀਡੀਆ 'ਚ ਬੋਲਦੇ ਨੇ ਕਿ ਇਹ ਜਿਹੜੀ ਸਵਾਰਥ ਵਾਸਤੇ ਕਰਦਾ ਪਿਆ, ਕੋਈ ਸਵਾਰਥ ਨਹੀਂ, ਇਹ ਕੌਮ ਦਾ ਕੰਮ ਆ, ਗੁਰੂ ਨਾਨਕ ਦੇ ਦਰਬਾਰ ਦੀ ਗੱਲ ਹੋ ਰਹੀ ਹੈ। ਸਾਰੇ ਵੱਧ ਚੜ੍ਹ ਕੇ ਹਿੱਸਾ ਪਾ ਕੇ ਤੇ ਉਹਨੂੰ ਕਾਮਯਾਬ ਕਰੀਏ ਤੇ ਆਪਣੇ ਸਾਰਿਆਂ ਦੇ ਲੋਕ ਸੁਖੀ ਹੋਣਗੇ, ਪਰਲੋਕ ਸੁਹੇਲੇ ਹੋਣਗੇ, ਕੌਮਾਂ ਦੇ ਹੱਕਾਂ ਲਈ ਕਈ ਭੰਬੜ ਸੜ ਜਾਂਦੇ, ਦੁੱਧ ਪੀਣ ਦੇ ਬੱਚੇ ਕਈ ਫਰੀ ਅਰਬਣ ਲੜ ਜਾਂਦੇ, ਇਹ ਕੌਮ ਪ੍ਰਸਤਾਂ ਦੀ ਜ਼ਿੰਦਗੀ ਗੁਜ਼ਾਰ ਸੀ, ਕਈ ਪੁਲ ਸ਼ਾਂਤੀ ਦੇ ਤਵੀਆਂ ਦੇ ਸੜ ਜਾਂਦੇ। ਵਧਾਈਆਂ ਸਰਦਾਰ ਮਨਜੀਤ ਸਿੰਘ ਤੈਨੂੰ, ਨਾਲ ਸਰਸਾ ਸਾਹਿਬ ਤੈਨੂੰ, ਸਾਰੀ ਇੱਥੇ ਜਿਹੜੀ ਸੰਗਤ ਆਈ ਹੈ, ਇਹਨਾਂ ਦਾ ਜੀ ਆਇਆ ਮਹਾਂਪੁਰਸ਼ਾਂ ਨੂੰ ਕਿ ਤੁਹਾਡੇ ਆਉਣਾ ਗੁਰੂ ਨਾਨਕ ਦੀ ਜੇ ਨਗਰੀ ਵਾਸੀ, ਗੁਰੂ ਨਾਨਕ ਦਾ ਜਾਂ ਸਭ ਪ੍ਰਚਾਰ ਦਾ ਕੇਂਦਰ ਸਭ ਲਿਆ ਗਿਆ, ਬਈ ਵਾਕਿਆ ਇੱਦਾਂ ਹੀ ਪ੍ਰਚਾਰ ਕੀਤਾ ਜੀ, ਉੱਦਾਂ ਹੀ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।